ਮੇਰੇ ਤੋਂ ਵੱਡੀਆਂ ਮੇਰੀਆਂ ਤਿੰਨ ਭੈਣਾਂ ਨੇ, ਬੜੇ ਧਿਆਨ ਨਾਲ ਸੁਣੀਏ। ਮੇਰੇ ਮਾਪਿਆਂ ਦੇ ਘਰ ਕੋਈ ਬੇਟਾ ਨਹੀਂ ਸੀ ਹੈਗਾ, ਤਿੰਨ ਧੀਆਂ ਸੀ ਮੇਰੇ ਮਾਪਿਆਂ ਦੇ। ਖੜੇ ਖੜੇ ਗੱਲ ਸੁਣੀਏ, ਮੇਰੀਆਂ ਭੈਣਾਂ ਖੁਦਾ ਨੂੰ ਕਹਿੰਦੀਆਂ ਸੀ, ਪ੍ਰਭੂ ਅਗਰ ਤੂੰ ਚਾਹੇ ਤੇ ਇੱਕ ਭਰਾ ਸਾਨੂੰ ਦੇ ਸਕਦਾ। ਮੇਰਾ ਮਾਂ ਬਾਪ ਖੁਦਾ ਨੂੰ ਕਹਿੰਦਾ ਸੀ, ਪ੍ਰਭੂ ਧੀਆਂ ਤੂੰ ਸਾਨੂੰ ਇੱਕ ਦੀਆਂ ਵੀ ਤਿੰਨ ਦਿੱਤੀਆਂ, ਤੇਰੀ ਬੜੀ ਕਿਰਪਾ ਹੈ, ਅਗਰ ਤੂੰ ਚਾਹੇ ਤਾਂ ਇੱਕ ਬੇਟਾ ਵੀ ਸਾਨੂੰ ਦੇ ਸਕਦਾ। ਬੜੇ ਧਿਆਨ ਨਾਲ ਸੁਣੀਏ, ਪ੍ਰਭੂ ਦੇ ਬਜ਼ੁਰਗ ਦਾਸ ਪਾਸਟਰ ਕਰਮਚੰਦ ਜੀ ਫਿਰੋਜ਼ਪੁਰ ਵਾਲੇ, ਉਹ ਖੁਦਾ ਕੋ ਚਲੇ ਗਏ ਨੇ, ਉਹਨਾਂ ਦੀਆਂ ਦੁਆਵਾਂ ਸਦਕਾ ਪਰਮੇਸ਼ੁਰ ਨੇ ਤਿੰਨਾਂ ਧੀਆਂ ਤੋਂ ਬਾਅਦ ਮਾਂ ਦੇ ਗਰਭ ਦੇ ਵਿੱਚ ਪਾਇਆ। ਜਦੋਂ ਮਾਂ ਦੇ ਗਰਭ ਦੇ ਵਿੱਚ ਮੈਨੂੰ ਪਾਇਆ ਤਾਂ ਮੇਰੀ ਮਾਂ ਨੂੰ ਤੀਸਰਾ ਮਹੀਨਾ ਸੀ, ਤਿੰਨ ਮਹੀਨੇ ਦਾ ਮਾਂ ਦੇ ਗਰਭ ਦੇ ਵਿੱਚ ਪਲ ਰਿਹਾ ਸਾਂ, ਔਰ ਤੀਸਰੇ ਮਹੀਨੇ 'ਚ ਮੇਰੀ ਮਾਂ ਨੂੰ ਬਲੀਡਿੰਗ ਹੋਣੀ ਸ਼ੁਰੂ ਹੋ ਗਈ, ਲਹੂ ਦੀ ਬਿਮਾਰੀ ਲੱਗ ਗਈ। ਤੁਸੀਂ ਬੜੇ ਸਮਝਦਾਰ ਲੋਕ ਜੀ, ਤਿੰਨ ਮਹੀਨੇ ਦਾ ਬੱਚਾ ਪੇਟ ਵਿੱਚ ਪਲ ਰਿਹਾ ਹੋਵੇ ਤੇ ਔਰਤ ਨੂੰ ਬਲੀਡਿੰਗ ਹੋਣੀ ਸ਼ੁਰੂ ਹੋ ਜਾਵੇ, ਉੱਥੇ ਬੱਚੇ ਦੇ ਬਚਣ ਦੇ ਕੋਈ ਚਾਂਸ ਨਹੀਂ ਹੁੰਦੇ। ਡਾਕਟਰਾਂ ਨੇ ਜਵਾਬ ਦੇ ਦਿੱਤਾ, ਹਸਪਤਾਲਾਂ ਨੇ ਜਵਾਬ ਦੇ ਦਿੱਤਾ, ਕਹਿੰਦੇ ਯੂ ਚਾਈਲਡ ਇਜ਼ ਐਟ ਦੀ ਪੁਆਇੰਟ ਆਫ ਡੈਥ, ਮਰ ਗਿਆ ਬੱਚਾ, ਇਹਦੀ ਆਸ ਛੱਡ ਦਿਓ। ਜਦੋਂ ਮੇਰੀ ਮਾਂ ਨੂੰ ਪਤਾ ਲੱਗਾ ਕਿ ਮੇਰਾ ਬੱਚਾ ਮਰ ਗਿਆ ਹੈ, ਮੇਰੀ ਮਾਂ ਨੇ ਘਰ ਜਾ ਕੇ ਦਰਵਾਜ਼ਾ ਬੰਦ ਕਰਕੇ ਘੁੱਟਣੇ ਲਗਾ ਕੇ ਖੁਦਾ ਦੇ ਸਾਹਮਣੇ ਰੋਣਾ ਸ਼ੁਰੂ ਕਰ ਦਿੱਤਾ। ਮੇਰੀ ਮਾਂ ਨੇ ਕਿਹਾ, ਪ੍ਰਭੂ ਜੇ ਦੇ ਦੇਗਾ ਤੇ ਫਿਰ ਵੀ ਤੇਰਾ ਹੀ ਆ, ਜੇ ਲੈ ਜਾਏਗਾ ਤੇ ਫਿਰ ਵੀ, ਪਰ ਇੱਕ ਸੁਖਣਾ ਸੁੱਖ ਦੀ ਤੇਰੇ ਨਾਲ, ਇੱਕ ਵਾਅਦਾ ਕਰਦੀ ਤੇਰੇ ਨਾਲ, ਇਹ ਬੱਚਾ ਤਾਂ ਮਰ ਚੱਲਿਆ ਹੈ ਪਰ ਜੇ ਤੂੰ ਇਸ ਬੱਚੇ ਨੂੰ ਬਚਾ ਲਵੇਗਾ, ਜੇ ਤੂੰ ਮੇਰੀ ਬੇਉਮੀਦੀ 'ਚ ਉਮੀਦ ਪੈਦਾ ਕਰ ਦੇਗਾ, ਜੇ ਤੂੰ ਮੇਰੇ ਲਹੂ ਦੇ ਵਹਾਅ ਨੂੰ ਬੰਦ ਕਰ ਦੇਵੇਂਗਾ, ਤਾਂ ਮੈਂ ਤੇਰੇ ਨਾਲ ਸੁੱਖਣਾ ਸੁੱਖ ਦੀ ਹਾਂ ਕਿ ਜਿੰਨਾ ਚਿਰ ਇਹ ਬੱਚਾ ਜ਼ਿੰਦਾ ਰਹੇਗਾ ਤੇਰੀ ਆਰਾਧਨਾ ਕਰੇਗਾ। ਬਸ ਤੂੰ ਮੈਨੂੰ ਦੇ, ਮੈਂ ਤੇਰੇ ਕੰਮ ਨਹੀਂ ਦੇ ਦਾਂਗੇ, ਇੱਕੋ ਘੱਟ ਹੋ ਰਹੀ ਹੈ, ਇਹ ਜਿੰਨਾ ਚਿਰ ਰਵੇਗਾ ਪ੍ਰਭੂ ਤੇਰਾ ਰਵੇਗਾ। ਮੇਰੀ ਮਾਂ ਨੇ ਰੋ ਰੋ ਕੇ ਦੁਆ ਕੀਤੀ। ਉਹ ਪ੍ਰਭੂ ਦੇ ਪਾਕ ਕਲਾਮ ਚ ਲਿਖਿਆ ਜੀ, ਜਿਹੜੇ ਹੰਛੂਆਂ ਨਾਲ ਬੀਜਦੇ ਆ ਉਹ ਚਕਾਰੇ ਨਾਲ ਵੱਢਦੇ ਆ, ਬੋਲੇ ਹਾਲੇਲੂਯਾ। ਮੇਰੀ ਮਾਂ ਨੇ ਰੋ ਰੋ ਕੇ ਦੁਆ ਕੀਤੀ, ਇਹ ਪ੍ਰਭੂ ਦੀ ਪਾਕ ਹਜ਼ੂਰੀ ਆ। ਉਸੇ ਵੇਲੇ ਪ੍ਰਭੂ ਨੇ ਲਹੂ ਦਾ ਵਹਾਅ ਬੰਦ ਕੀਤਾ, ਤੁਹਾਡੇ ਸਾਹਮਣੇ ਬਿਲਕੁਲ ਜਿੰਦਾ ਖੜਾ ਹੈ, ਹਾਲੇਲੂਯਾ। ਇਹ ਖਾਸ ਸੰਦੇਸ਼ ਮੈਂ ਹਰ ਜਗ੍ਹਾ ਤੇ ਜਿੱਥੇ ਵੀ ਜਾਈਦਾ, ਜਵਾਨ ਭਾਈਆਂ ਵਾਸਤੇ, ਜਵਾਨ ਭੈਣਾਂ ਵਾਸਤੇ, ਜਿਹੜੇ ਮਾਂ ਨੂੰ ਮਾਂ ਤੇ ਪਿਓ ਨੂੰ ਪਿਓ ਨਹੀਂ ਸਮਝਦੇ, ਜਿਨ੍ਹਾਂ ਦੇ ਅੰਦਰ ਆਣ ਆਗਿਆਕਾਰੀ ਦੀ ਬਦਰੂਹ ਕੰਮ ਕਰਦੀ ਆ, ਕਈਆਂ ਨੇ ਬਾਹਰ ਮਾਵਾਂ ਬਣਾਈਆਂ, ਬਾਹਰ ਪਿਓ, ਬਾਹਰ ਮੰਮੀ ਪਾਪਾ ਬਣਾਏ ਨੇ, ਆਪਦੇ ਮੰਮੀ ਪਾਪਾ ਦਾ ਪਤਾ ਹੀ ਕੋਈ ਨਹੀਂ। ਕਲਾਮ ਚ ਲਿਖਿਆ, ਪਹਿਲਾਂ ਜਿਹੜੇ ਤੈਨੂੰ ਮਿਲੇ ਆ ਨਾ ਤੇਰੇ ਮੰਮੀ ਪਾਪਾ, ਉਹਨਾਂ ਦੀ ਆਗਿਆਕਾਰੀ ਕਰ। ਅਫਸੀਆਂ ਦਾ ਖੱਤ 6ਵੇਂ ਅਧਿਆਇ ਚ ਲਿਖਿਆ ਜੇ, ਜੇ ਆਦਰ ਕਰੇਗਾ, ਕਲਾਮ ਚ ਲਿਖਿਆ, ਇੱਕ ਤਾਂ ਤੇਰਾ ਭਲਾ ਹੋਵੇਗਾ ਤੇ ਨੰਬਰ 2 ਧਰਤੀ ਤੇ ਤੇਰੀ ਉਮਰ ਲੰਮੀ ਹੋਵੇਗੀ। ਮਾਪਿਆਂ ਦਾ ਆਦਰ ਕਰਨਾ, ਖੇਮ ਕਰਨ ਤੋਂ ਅੱਗੇ ਇੱਥੇ ਗੀਤ ਗਾਉਣਾ ਸਾਰਾ ਬੇਕਾਰ ਆ ਜੇ ਮੇਰੇ ਅੰਦਰ ਆਗਿਆਕਾਰੀ ਨਹੀਂ। ਅੱਜ ਬੰਦਾ ਬੰਦਗੀ ਤੇ ਜਾਂਦਾ ਤੇ ਲੱਗਦਾ ਜਿਵੇਂ ਭਗਤ ਆ, ਜਦੋਂ ਬੰਦਗੀ ਤੇ ਪਹੁੰਚਦਾ ਏ ਉਦੋਂ ਇੰਜ ਲੱਗਦਾ ਜਿਵੇਂ ਇਹਦੇ ਵਰਗਾ ਕੋਈ ਜੰਮਣਾ ਹੀ ਨਹੀਂ। ਮਾਪਿਆਂ ਨੂੰ ਮੂੰਹ ਤੋੜ ਤੋੜ ਜਵਾਬ ਦਿੰਦੇ ਨੇ, ਡਿਗਰੀਆਂ ਬੜੀਆਂ ਕੀਤੀਆਂ ਕਈਆਂ ਨੇ, ਪੜ੍ਹਾਈਆਂ ਕੀਤੀਆਂ ਨੇ, ਪਰ ਸਫਲਤਾ ਨਹੀਂ ਮਿਲੀ। ਕਿਉਂ ਨਹੀਂ ਮਿਲੀ? ਕਿਉਂਕਿ ਤੂੰ ਆਣ ਆਗਿਆਕਾਰ ਆ, ਤੂੰ ਮੂੰਹ ਤੋੜ ਤੋੜ ਜਵਾਬ ਦੇਣਾ ਆਪਣੇ ਮਾਪਿਆਂ ਨੂੰ। ਕਦੀ ਯਾਦ ਕਰ, ਤੈਨੂੰ ਠੰਡ ਨਹੀਂ ਕਦੀ ਲੱਗਣ ਦਿੱਤੀ ਤੇਰੇ ਮਾਪਿਆਂ ਨੇ, ਅੱਜ ਜਿਨ੍ਹਾਂ ਦੇ ਕਰਕੇ ਤੇਰੇ ਤਨ ਦੇ ਕੱਪੜੇ ਆ ਨਾ, ਤੂੰ ਉਹਨਾਂ ਨੂੰ ਕੁਛ ਨਹੀਂ ਸਮਝਦਾ। ਖੁਦਾ ਆਗਿਆਕਾਰੀ ਬੱਚਿਆਂ ਨੂੰ ਪਸੰਦ ਕਰਦਾ ਜੇ, ਜੇ ਪੋਤੇ ਆ ਤੇ ਪੁੱਤ ਬਣ ਕੇ ਵਿਖਾ, ਜੇ ਧੀ ਆ ਤੇ ਧੀ ਬਣ ਕੇ ਵਿਖਾ। ਕਿਸੇ ਨੇ ਕਿਹਾ, ਜਦੋਂ ਪੁੱਤ ਵੱਡੇ ਹੁੰਦੇ ਆ ਦਾਲ ਤੇ ਟੁੱਟਦੇ ਆ, ਤੇ ਉਹਨਾਂ ਪੁੱਤਾਂ ਨੂੰ ਕਿਹੜੇ ਹਾਰ ਪਾਈਏ ਜਿਹੜੇ ਹੋਰ ਦਾਲ ਤੇ ਚੜਾਈ ਜਾਂਦੇ ਨੇ ਮਾਪਿਆਂ ਨੂੰ। ਕਦੀ ਇਸ ਭਰਾ ਦੀਆਂ ਗੱਲਾਂ ਯਾਦ ਆਉਣਗੀਆਂ, ਉਹਨਾਂ ਚਿਰ ਤਰੱਕੀ ਨਹੀਂ, ਉਹਨਾਂ ਚਿਰ ਗਤੀ ਨਹੀਂ ਆ, ਜਿੰਨਾ ਚਿਰ ਅਸੀਂ
ਆਗਿਆਕਾਰੀ ਨਹੀਂ ਕਰਦੇ। ਬਾਹਰੋਂ ਚੰਗਾ ਭਲਾ ਆਉਂਦਾ ਜੇ ਮੁੰਡਾ, ਜਦੋਂ ਘਰ ਵੜਦਾ ਨਾਲ ਦੀ ਨਾਲ ਹੀ ਮੂੰਹ ਬਣਾ ਲੈਂਦਾ ਹੈ। ਮਾਂ ਨੂੰ ਲੱਗਦਾ ਪਤਾ ਨਹੀਂ ਮੇਰੇ ਪੁੱਤ ਨੂੰ ਕੀ ਦੁੱਖ ਆ। ਕਦੀ ਉਹਨਾਂ ਨੂੰ ਵੀ ਹੱਸ ਕੇ ਵਿਖਾ, ਬਸ ਤੇਰੀ ਮਾਂ ਹੀ ਰਹਿ ਗਈ ਹੈ ਜਿਹੜੀ ਤੇਰੇ ਹਾਸੇ ਤੋਂ, ਬਸ ਉਹ ਤੇਰਾ ਹਾਸਾ ਨਹੀਂ ਵੇਖ ਸਕਦੀ, ਬਾਕੀ ਸਾਰੇ ਦੁਨੀਆਂ ਨੂੰ ਦੰਦ ਕੱਢ ਕੱਢ ਕੇ ਵਿਖਾਉਣਾ ਹੈ। ਕਦੀ ਉਹਦੇ ਵੀ ਕਾਲਜੇ ਠੰਡ ਪਾ ਜਿਹਨੇ ਤੈਨੂੰ ਇੱਥੋਂ ਜੰਮਿਆ ਹੈ। ਰੂਹਾਨੀ ਬੰਦਗੀ ਤਾਂ ਹੀ ਹੈ ਜੇ ਆਗਿਆਕਾਰ ਹੈ ਤੇ ਅਸੀਂ। ਬੜਾ ਅਫਸੋਸ ਹੁੰਦਾ ਜਦੋਂ ਬੰਦਗੀ ਤੋਂ ਬਾਅਦ ਕਈ ਮਾਵਾਂ ਮਿਲਦੀਆਂ ਨੇ, ਕਈ ਬਾਪ ਮਿਲਦੇ ਆ, ਪੁੱਤਰ ਸਾਡੇ ਲਈ ਦੁਆ ਕਰ। ਇੱਕ ਜਗ੍ਹਾ ਤੇ ਮੈਂ ਇਸ ਤਰ੍ਹਾਂ ਗਵਾਹੀ ਦੇ ਰਿਹਾ ਸਾਂ, ਜੋ ਮੈਂ ਥੱਲੇ ਉਤਰਿਆ, ਇੱਕ ਮਾਂ ਮੈਨੂੰ ਮਿਲੀ, ਬਜ਼ੁਰਗ ਨੇ ਰੋਣਾ ਸ਼ੁਰੂ ਕਰਦਾ, ਕਹਿੰਦੇ ਤੂੰ ਮੇਰੇ ਦਿਲ ਪਾੜ ਕੇ ਰੱਖਦਾ ਹੀ, ਮੇਰਾ ਮੁੰਡਾ ਮੇਰੀ ਬਾਤ ਹੀ ਨਹੀਂ ਪੁੱਛਦਾ। ਉੱਪਰ ਨਾ ਨਰਕ ਦੀ ਅੱਗ ਚੈਂਬਰ ਬਲਦੇ, ਜੇ ਚੈਂਬਰ ਉਹ ਕਦੀ ਨਹੀਂ ਬੁੱਝਦੇ, ਉੱਥੇ ਸੁੱਟੇਗਾ ਆਣ ਆਗਿਆਕਾਰੀਆਂ ਨੂੰ। ਮੈਂ ਤੁਹਾਨੂੰ ਯਸੂ ਦਾ ਬੱਚਾ ਹੁੰਦਾ ਹੈ ਖੁੱਲ੍ਹੇ ਅਸਮਾਨ ਦੇ ਥੱਲੇ ਦਾਵਾ ਕਰਦਾ ਹੈ, ਜਿਨ੍ਹਾਂ ਦੀਆਂ ਸਫਲਤਾਵਾਂ ਰੁਕੀਆਂ ਨੇ, ਆਗਿਆਕਾਰੀ ਕਰਨੀ ਸ਼ੁਰੂ ਕਰ ਦਿਓ, ਯਸੂ ਤੁਹਾਡੇ ਲਈ ਰਸਤੇ ਖੋਲ੍ਹ ਦੇਵੇਗਾ। ਪਰ ਇੱਕ ਹੋਰ ਬੜੀ ਖਾਸ ਗੱਲ ਹੈ, ਇਬਰਾਨੀਆਂ 13:7 ਵਿੱਚ ਲਿਖਿਆ, ਆਪਣੇ ਆਗੂ ਨੂੰ, ਆਪਣੇ ਪਾਸਟਰ ਨੂੰ, ਆਪਣੇ ਦਾਸ ਨੂੰ, ਆਪਣੇ ਖਾਦਮ ਨੂੰ, ਜਿਹਨੇ ਤੈਨੂੰ ਯਸੂ ਦੇ ਵਿੱਚ ਤੁਰਨਾ ਸਿਖਾਇਆ ਹੈ, ਉਹਦੀ ਆਗਿਆਕਾਰੀ ਕਰ। ਕਈ ਵਾਰ ਬੰਦਾ ਬਚਿਆ ਕਿਤੋਂ ਹੁੰਦਾ ਜੇ, ਸਾਈਆਂ ਕਿਤੇ ਤੇ ਵਧਾਈਆਂ, ਉੱਤੇ ਚੈਂਬਰ ਬਲਦੇ ਚੈਂਬਰ ਨਰਕ ਚ, ਉੱਥੇ ਸੁੱਟੇਗਾ। ਜੇ ਅਣ ਆਗਿਆਕਾਰੀ ਜੇ ਤੇ ਦੁਆ ਕਰਨੀ ਬੰਦ ਕਰੋ, ਤੁਹਾਡੀ ਨੀ ਸੁਣਨੀ ਉਹਨੇ, ਅਣ ਆਗਿਆਕਾਰੀ ਦੀ ਨੀ ਸੁਣਦਾ, ਆਗਿਆਕਾਰੀਆਂ ਦੀ ਸੁਣਦਾ ਜੇ ਉਹ। ਅੱਜ ਤੋਂ ਆਗਿਆਕਾਰੀ ਕਰੋ ਮਾਪਿਆਂ ਦੀ, ਆਪਣੇ ਖਾਦਮਾਂ ਦੀ, ਇਹਨਾਂ ਗੱਲਾਂ 'ਚ ਯਸੂ ਨੂੰ ਜਲਾਲ ਮਿਲਦਾ। ਗੀਤ ਜਿੰਨੇ ਮਰਜ਼ੀ ਗਾਈ ਜਾਈਏ, ਬੋਲੇ ਹੈਲੇਲੂਇਆ। ਆਈਏ ਦੁਆ ਕਰੀਏ, ਅੱਖਾਂ ਨੂੰ ਬੰਦ ਕਰੀਏ। ਸਭ ਬਰਾਏ ਮਿਹਰਬਾਨੀ, ਮਾਪਿਆਂ ਦਾ ਦਿਲ ਨਾ ਤੋੜੋ, ਆਪਣੇ ਖਾਦਮ ਦਾ ਦਿਲ ਨਾ ਤੋੜੋ, ਆਪਣੇ ਪਾਸਟਰ ਦਾ ਦਿਲ ਨਾ ਤੋੜੋ। ਪ੍ਰਭੂ ਦਾ ਦਾਸ ਪੌਲਸ ਕਹਿੰਦਾ ਹੈ, ਜਿਵੇਂ ਗਰਭਵਤੀ ਔਰਤ ਨੂੰ ਪੀੜਾਂ ਲੱਗਦੀਆਂ, ਕਹਿੰਦਾ ਐਵੇਂ ਸੰਗਤ ਦੀਆਂ ਪੀੜਾਂ ਲੱਗੀਆਂ ਨੇ। ਇੱਕ ਮਿੰਟ ਅੱਖਾਂ ਨੂੰ ਖੋਲੋ ਸਾਰੇ। ਪਾਸਟਰ ਬਲਰਾਜ ਜੀ, ਮੈਂ ਇੰਨਾ ਜ਼ਿਆਦਾ ਸਟਰਗਲ ਬਹੁਤ ਘੱਟ ਦੇਖਿਆ ਕਿਸੇ ਖਾਦਮ ਦਾ, ਆਪਣੇ ਅੱਖਾਂ ਦੇ ਨਾਲ। ਖੁਦਾ ਦੇ ਮੰਚ ਤੇ ਕਦੀ ਬੰਦਾ ਝੂਠ ਨਹੀਂ ਬੋਲ ਸਕਦਾ। ਖੁਦਾ ਦੇ ਬੰਦੇ ਨੇ ਇੰਨਾ ਸਟਰਗਲ ਕੀਤਾ ਪਿਛਲੇ ਦਿਨਾਂ ਦੇ ਵਿੱਚ, ਮੇਰਾ ਖਿਆਲ 6-7 ਕਰੂਸਡ ਸੀ ਜਿੱਥੇ ਸਾਨੂੰ ਵਰਸ਼ਿਪ ਲਈ ਬੁਲਾਇਆ ਗਿਆ, ਔਰ ਪ੍ਰਭੂ ਦੇ ਦਾਸ ਉੱਥੇ ਆਪ ਭੱਜ ਭੱਜ ਕੇ 15 ਤਰੀਕ ਦੀ ਬੰਦਗੀ ਆ ਜੀ ਆਇਓ, 15 ਤਰੀਕ ਦੀ ਇਕੱਲੇ ਇਕੱਲੇ ਨੂੰ ਕਹਿੰਦੇ ਸੀ। ਕਈ ਵਾਰ ਬੰਦਾ ਜਦੋਂ ਬੰਦੇ ਨੇ ਪੈਂਟ ਕੋਟ ਪਾਇਆ ਹੋਵੇ ਜਾਂ ਇਵੇਂ ਇੱਜ਼ਤ ਸਵਾਗਤ ਨਾਲ ਲੈ ਕੇ ਆਇਆ ਜਾਂਦਾ ਨਾ, ਤੇ ਕਈਆਂ ਦੇ ਮਨ 'ਚ ਆਉਂਦਾ ਖਰੇ ਪਤਾ ਨਹੀਂ ਕੀ ਫਤੂਰ ਆ। ਫਤੂਰ ਨਹੀਂ ਜੇ, ਮੈਂ ਆਪ ਆਪਣੀ ਅੱਖੀ ਵੇਖੀ ਆ, ਵੇਖਿਆ ਖੁਦਾ ਦੇ ਬੰਦੇ ਨੂੰ ਸੰਘਰਸ਼ ਕਰਦੇ ਆ ਇਸ ਮੀਟਿੰਗ ਦੇ ਲਈ, ਔਰ ਦੁਆਵਾਂ ਏ ਕਿ ਪ੍ਰਭੂ ਇਹਨਾਂ 3 ਮਹੀਨਿਆਂ ਦੇ ਵਿੱਚ ਹੀ ਪ੍ਰਭੂ ਪ੍ਰਤੀਫਲ ਦੇਵੇਗਾ ਇਸ ਮੀਟਿੰਗ ਦਾ। ਹੈਲੇਲੂਇਆ, ਹੈਲੇਲੂਇਆ। ਆਈਏ ਦੁਆ ਕਰੀਏ, ਖੁਦਾ ਦੇ ਬੰਦੇ ਲਈ ਵੀ ਹਮੇਸ਼ਾ ਦੁਆ ਕਰਦੇ ਰਹੋ। ਸਾਰੇ ਪਾਸਟਰਾਂ ਅੱਗੇ ਮੇਰੀ ਫਰਿਆਦ ਆ ਕਿ ਖੁਦਾ ਦੇ ਖਾਦਮ ਦੇ ਲਈ ਹਮੇਸ਼ਾ ਦੁਆ ਕਰਦੇ ਰਹੋ, ਜਿਨ੍ਹਾਂ ਨੇ ਆਪਣੇ ਦਿਲ ਤੋਂ ਤੁਹਾਨੂੰ ਸੱਦਾ ਦਿੱਤਾ ਹੈ, ਸਾਨੂੰ ਸੱਦਾ ਦਿੱਤਾ ਹੈ, ਸ਼ੁਕਰ ਗੁਜ਼ਾਰ ਹੈ ਖੁਦਾ ਦੇ। ਆਈਏ ਦੁਆ ਕਰੀਏ। ਹੈਲੋ ਹੀ ਮੁਕੱਦਸ ਕਦੋਸ ਖੁਦਾ, ਤੂੰ ਮੁਹੱਬਤਾਂ ਦਾ ਸ਼ਹਿਜ਼ਾਦਾ ਹੈ ਪ੍ਰਭੂ ਜੀ, ਤੁਹਾਡੇ ਤੁਲ ਕੋਈ ਤਾਕਤ ਨਹੀਂ, ਤੂੰ ਇਕੱਲਾ ਯੋਧਾ ਹੈ ਜੋ ਪਾਣੀਆਂ ਨੂੰ ਵੀ ਕੱਟ ਕੇ ਰੱਖ ਦਿੰਦਾ ਖੁਦਾ, ਪਾਣੀਆਂ ਦੀਆਂ ਦੀਵਾਰਾਂ ਬਣਾ ਕੇ ਖੜੀਆਂ ਕਰਦਾ ਖੁਦਾ ਯਸੂ।
ਤੂੰ ਅਲਫਾ ਤੂੰ ਓਮੇਗਾ ਤੂੰ ਸ਼ੁਰੂ ਤੂੰ ਅਖੀਰ ਹੈ ਤੂੰ ਉਤਪਤ ਤੂੰ ਪ੍ਰਕਾਸ਼ ਦੀ ਪੋਥੀ ਹੈ ਤੂੰ ਜੀਵਨ ਦੀ ਰੋਟੀ ਤੂੰ ਰਾਹ ਦੀ ਜੋਤੀ ਤੂੰ ਪਰਮੇਸ਼ਰ ਦਾ ਲੇਲਾ ਔਰ ਤੂੰ ਹੀ ਯਹੂਦਾ ਦਾ ਬੱਬਰ ਸ਼ੇਰ ਆ ਤੁਹਾਡੇ ਕਲਾਮ 'ਚ ਲਿਖਿਆ ਸਾਡਾ ਯਹੋਵਾ ਜਲ ਪਰਲੋ ਤੇ ਬਹਿ ਕੇ ਉੱਡਦਾ ਹੈ ਤੁਹਾਡੇ ਕਲਾਮ 'ਚ ਲਿਖਿਆ ਹੈ ਕਿ ਉਹ ਯਹੋਵਾ ਜਿਹਨੇ 7 ਤਾਰੇ ਹੱਥ 'ਚ ਫੜੇ ਆ ਉਹ ਬਹੁਤ ਜਲਦ ਰਾਜ ਕਰਨ ਵਾਸਤੇ ਆ ਰਿਹਾ ਯਹੋਵਾ ਜੀ ਅਸੀਂ ਸਾਰਾ ਅੱਜ ਦਾ ਜਲਾਲ ਤੁਹਾਡੇ ਚਰਨਾਂ ਵਿੱਚ ਰੱਖਦੇ ਖੁਦਾ ਯਿਸੂ ਇਹਨਾਂ ਗੀਤਾਂ ਦਾ ਜਲਾਲ ਕਿਸੇ ਇਨਸਾਨ ਨੂੰ ਨਹੀਂ ਬਲਕਿ ਸਿਰਫ ਔਰ ਸਿਰਫ ਯਿਸੂ ਦੇ ਨਾਮ ਨੂੰ ਮਿਲੇ ਤੁਹਾਡੇ ਬੰਦੇ ਲਈ ਦੁਆ ਕਰਦਾ ਖੁਦਾਵੰਦ ਡਬਲ ਟ੍ਰਿਪਲ ਅਭਿਸ਼ੇਕ ਨਾਲ ਇਸਤੇਮਾਲ ਕਰਾ ਜਿਸ ਜਗ੍ਹਾ ਦੇ ਖੁਦਾ ਯਿਸੂ ਤੁਹਾਡੇ ਬੰਦੇ ਦੇ ਬੋਲਣ ਵਾਲਾ ਜਿਸ ਇਸ ਜਗ੍ਹਾ ਦੇ ਸਵਰਗ ਖੁੱਲ੍ਹ ਜਾਵੇ ਹਰ ਕੋਈ ਯਿਸੂ ਦੇ ਲਹੂ ਤੋਂ ਵਾਕਿਫ ਹੋਵੇ ਜਿੰਨੇ ਤੁਹਾਡੇ ਖਾਦਮ ਆਏ ਨੇ ਖੁਦਾਵੰਦ ਤੁਹਾਡੇ ਲਹੂ 'ਚ ਢੱਕਦੇ ਸਾਰੇ ਖਾਦਮਾਂ ਨੂੰ ਖੁਦਾਵੰਦ ਯਿਸੂ ਪ੍ਰਤੀ ਇੱਕ ਦੀ ਸੇਵਕਾਈ ਦਿਨ ਦੁਗਣੀ ਰਾਤ ਚੌਗਣੀ ਵਧੇ ਹਰ ਕੋਈ ਵਫਾਦਾਰੀ ਨਾਲ ਆਗਿਆਕਾਰੀ ਨਾਲ ਯਹੋਵਾ ਦੀ ਪ੍ਰਸਤਿਸ਼ ਕਰੇ ਇਬਾਦਤ ਕਰੇ ਖੁਦਾਵੰਦ ਯਿਸੂ ਮੈਂ ਆਪਣੇ ਬਹੁਤ ਅਜ਼ੀਜ਼ ਭਰਾ ਬ੍ਰਦਰ ਪੀਟਰ ਹੰਸ ਜੀ ਵਾਸਤੇ ਵੀ ਦੁਆ ਕਰ ਜਿਹੜੇ ਖਾਸ ਕਰਕੇ ਇਸ ਮਹਿਫਲ ਵਿੱਚ ਆਏ ਨੇ ਖੁਦਾਵੰਦ ਜਿਹੜੇ ਤੇਰੇ ਬੜੇ ਅੱਛੇ ਪ੍ਰਸਤਾਰ ਨੇ ਖੁਦਾ ਯਿਸੂ ਉਹਨਾਂ ਨੂੰ ਵੀ ਬੜੀ ਬਰਕਤ ਦੇ ਨਾਲ ਬੜੇ ਅਭਿਸ਼ੇਕ ਨਾਲ ਇਸਤੇਮਾਲ ਕਰ ਤੁਹਾਡੇ ਕਲੀਸੀਆ ਨੂੰ ਵੀ ਤੁਹਾਡੇ ਹੱਥ ਵਿੱਚ ਸੌਂਪ ਦੇਣਾ ਸਾਰੇ ਦਾਸਾਂ ਤੁਹਾਡੇ ਹੱਥ ਵਿੱਚ ਯਿਸੂ ਮਸੀਹ ਦੇ ਜਲਾਲੀ ਔਰ ਮੁਕੱਦਸ ਨਾਂ 'ਚ ਦੁਆ ਮੰਗਦੇ ਹਾਂ ਆਮੀਨ ਸਭ ਨੂੰ ਜੈ ਮਸੀਹ ਦੀ ਜ਼ੋਰ ਦੀ ਬੋਲੋ ਜੈ ਮਸੀਹ ਦੀ ਸਭ ਬੈਠੀ ਆਪਣੀ ਜਗ੍ਹਾ ਆਈਏ ਦੁਆ ਕਰੀਏ ਖੁਦਾ ਦੇ ਬੰਦੇ ਲਈ ਵੀ ਹਮੇਸ਼ਾ ਦੁਆ ਕਰਦੇ ਰਹੋ ਸਾਰੇ ਪਾਸਟਰਾਂ ਅੱਗੇ ਮੇਰੀ ਫਰਿਆਦ ਆ ਕਿ ਖੁਦਾ ਦੇ ਖਾਦਮ ਦੇ ਲਈ ਹਮੇਸ਼ਾ ਦੁਆ ਕਰਦੇ ਰਹੋ